मैं कुलवंत सिंह ढिल्लों पंजाब फोक चैनल तो देखे दर्शकों का बहुत बहुत धन्यवाद करता हाँ। तो इस वक्त असी पिंड बरवाला जिहड़ा कि डिस्ट्रिक्ट तरन तारण का पिंड है तो ब्लॉक पट्टी के आता पिंड है असी वह पिंड उतों के मौजूदा सरपंच सरदार जसबीर सिंह जी सन ऑफ सरदार बाला सिंह जी उन्होंने निवास स्थान पर इस वक्त असी मौजूदा सरपंच सरदार जसबीर सिंह जी के नाल मौजूद हाँ। तो असी उन्हां कोलों उन्हां दी 3.5 साल की सरपंची के दौरान किए गए पिंड के विकास के बारे जानकारी लवेंगे तो उस तो इलावा जिहड़े उन्हां दे रहिंदे काम ने उस संबंधी भी उन्हां कोलों जानकारी लवेंगे कि किहड़े किहड़े ऐसे काम ने जिहड़े उन्हां दे रहिंदे। तो आओ हुण तुहाडे नाल मिलाउंदे आ तुहाडे रूबरू कराउंदे आ पिंड बरवाला तो मौजूदा सरपंच सरदार जसबीर सिंह जी के नाल। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਧੰਨਵਾਦ ਕਰਦੇ ਜੀ ਪੰਜਾਬ ਸਰੂਪ ਸਦਾ ਜੀ ਠੀਕ ਹੈ ਸਰ। ਅਤੇ ਅੱਛਾ ਸਰ ਆਪਣਾ ਜਦੋਂ ਤੁਸੀਂ ਸਰਪੰਚ ਬਣੇ ਸੀ ਉਸ ਟਾਈਮ 'ਤੇ ਆਪਣੀ ਜਿਹੜੀ ਸ਼ਮਸ਼ਾਨ ਘਾਟ ਆ ਪਿੰਡ ਦੀ ਉਹਦੀ ਜਿਹੜੀ ਕੰਡੀਸ਼ਨ ਹੈ ਹਾਲਤ ਉਹ ਕਿੱਦਾਂ ਦੀ ਸੀ? ਬਹੁਤ ਖਸਤਾ ਜੀ ਇੱਥੇ ਨਾ ਜ਼ਮੀਨ ਜੀ ਲਾਗੇ ਲਾਗੇ ਜ਼ਮੀਨ ਜਿਹੜੀ ਮਲੇ ਸੀ ਬੁਰੀ ਹਾਲਤ ਸੀ ਆਪਣੇ ਜਿਹੜੀ ਉਹ ਜ਼ਮੀਨ ਲਾਗੇ ਲੱਗਦੀ ਹੈ ਨਾ ਉਹਦੇ ਵਿੱਚ ਮਲੇ ਬੂਰ ਹੋਰ ਘਾਹ ਬੂਰ ਸੀ ਬੜਾ ਜ਼ਿਆਦਾ ਅਤੇ ਜਿਹੜੇ ਸਮਝਾਨ ਘਰ ਸਾਡਾ ਦਿਸਦਾ ਹੀ ਨਹੀਂ ਸੀ ਅਤੇ ਹੁਣ ਉਹ ਜਿਹੜੀ ਜ਼ਮੀਨ ਉਹ ਵਾਹੀਯੋਗ ਬਣਾਤੀ ਆ ਅਤੇ ਜਿਹੜੀ ਸ਼ਮਸ਼ਾਨ ਘਾਟ ਉਹ ਤੁਹਾਨੂੰ ਦੂਰੋਂ ਹੀ ਦਿਸ ਰਿਹਾ ਕਿ ਬਹੁਤ ਵਧੀਆ ਸ਼ਾਨਦਾਰ ਬਣਿਆ ਇਹ ਕੋਈ ਮਤਲਬ ਬਹੁਤ ਜ਼ਿਆਦਾ ਪਿੰਡ ਦਾ ਬਹੁਤ ਸਹਿਯੋਗ ਆ ਨਾਲ ਸਾਡੇ ਬਹੁਤ ਵਧੀਆ ਸ਼ਮਸ਼ਾਨ ਘਾਟ ਬਣਾਤਾ ਜੀ। ਸਰ ਸਹਿਯੋਗ ਤੋਂ ਬਿਨਾਂ ਕਹਿੰਦੇ ਨਾ ਇਕੱਲਾ ਇਕੱਲਾ ਹੁੰਦਾ ਅਤੇ ਦੋ ਇਕੱਲਾ ਇਕੱਲਾ ਦੋ ਯਾਰਾਂ ਜੀ ਬਿਲਕੁਲ ਪਿੰਡ ਨੇ ਬੜਾ ਸਹਿਯੋਗ ਦਿੱਤਾ ਅਤੇ ਪਿੰਡ ਦੀ ਸਾਡੀ ਯੂਥ ਜਿਹੜੀ ਉਹਨਾਂ ਨੇ ਬੜਾ ਸਹਿਯੋਗ ਦਿੱਤਾ ਉਹਨਾਂ ਨੇ ਵੀ ਨਾਲ ਸਹਿਯੋਗ ਦੇ ਬੜਾ ਸੋਹਣਾ ਬਣਾਇਆ ਸੋਹਣਾ ਬਣਾਇਆ ਅਤੇ ਕੋਈ ਕਹਿਣ ਵਾਲੀ ਗੱਲ ਨਹੀਂ ਕਿ ਜਿੱਡਾ ਸੋਹਣਾ ਸਾਡੇ ਪਿੰਡ ਦਾ ਸ਼ਮਸ਼ਾਨ ਘਰ ਬਣ ਗਿਆ। ਖੈਰ ਆਏ ਗਏ ਭੈਣ ਭਰਾ ਸਾਰਿਆਂ ਨੇ ਇੱਥੇ ਹੀ ਆਉਣਾ ਹੁੰਦਾ ਵਾ ਅਤੇ ਇਹ ਬਹੁਤ ਸੋਹਣਾ ਬਣ ਗਿਆ। ਅਤੇ ਅੱਛਾ ਸਰ ਆਪਣੇ ਵਾਟਰ ਸਪਲਾਈ ਜਾਂ ਕਿੱਦਾਂ ਜੇ ਪੀਣ ਵਾਲੇ ਪਾਣੀ ਦਾ? ਪੀਣ ਵਾਲੇ ਪਾਣੀ ਬਹੁਤ ਵਧੀਆ ਸਾਡੇ ਸਾਰੇ ਪਿੰਡ ਵਿੱਚ ਮਿਲ ਰਿਹਾ ਹੈ ਉਹਦੀ ਕੋਈ ਦਿੱਕਤ ਨਹੀਂ। ਇੱਥੇ ਕੁਝ ਪਲਾਟ ਕੱਟੇ ਆਪਣੇ ਪੰਚਾਇਤ ਦੀ ਜ਼ਮੀਨ 'ਚ ਪਲਾਟ ਕੱਟ ਕੇ ਦਿੱਤੇ ਉਹਨਾਂ ਦੇ ਕੋਈ ਸੀਗਰੀ ਪੈਣ ਵਾਲਾ ਰਹਿੰਦਾ ਉਹ ਥੋੜ੍ਹੇ ਦਿਨਾਂ ਤੱਕ ਮੰਤਰੀ ਸਾਹਿਬ ਨੂੰ ਕਿਹਾ ਹੈ ਅਤੇ ਮੁਕੰਮਲ ਕਰ ਦਿਆਂਗੇ। ਠੀਕ ਹੈ। ਅਤੇ ਅੱਛਾ ਸਰ ਗੰਦੇ ਪਾਣੀ ਦਾ ਨਿਕਾਸ ਕਿੱਦਾਂ ਜੇ ਪਿੰਡ ਦੇ? ਗੰਦੇ ਪਾਣੀ ਦਾ ਨਿਕਾਸ ਇੱਦਾਂ ਕਿ ਸਾਰੇ ਪਿੰਡ ਦੇ ਵਿੱਚ ਸੀਵਰੇਜ ਪਾ ਕੇ ਨਾ ਸੀਚੇਵਾਲ ਪ੍ਰੋਜੈਕਟ ਦੇ ਤੌਰ 'ਤੇ ਅਸੀਂ ਛੱਪੜ ਬਣਾਏ ਬਾਹਰ ਵਾਟਰ ਸਪਲਾਈ ਟੈਂਕੀ ਦੇ ਲਾਗੇ ਬਾਹਰਲੇ ਤਾਂ ਬਣਾਏ ਆ ਜੀ ਆਪਣੇ 1.5 ਕਿੱਲਾ ਥਾਂ ਆਏ ਛੱਡਿਆ ਵਾ ਉਹ ਲਗਭਗ 25 ਤੋਂ 30 ਫੁੱਟ ਦਰਮਿਆਨ ਡੂੰਘੇ ਆ ਅਤੇ ਸੀਚੇ ਵਾਲਾ ਮਾਡਲ ਬਣਾਇਆ ਅਤੇ ਉਹਦੇ ਵਿੱਚ ਪਾਣੀ ਦਾ ਪਿੰਡ ਦਾ ਨਿਕਾਸ ਜਿਹੜਾ ਉਹਦੇ ਵਿੱਚ ਆਉਂਦਾ ਗਾੜੀ ਸੋਲਰ ਸਿਸਟਮ ਲੱਗਾ ਸਾਡਾ ਜੀ। ਅੱਛਾ ਜੀ। ਅਤੇ ਜ਼ਮੀਨ ਨੂੰ ਜਿਹੜਾ ਸੋਲਰ ਸਿਸਟਮ ਵੇਸਟ ਪਾਣੀ ਹੈ ਜਿਹੜਾ ਪਿੰਡ ਦਾ ਜੀ ਹਾਂਜੀ ਹਾਂਜੀ ਉਹ ਜ਼ਮੀਨ ਨੂੰ ਗਾੜੀ ਦਿੰਦੇ ਹਾਂ ਉਹਦੇ ਤੋਂ 3-4 ਕਿੱਲੇ ਝੋਨਾ ਵੀ ਪਲ ਜਾਂਦਾ ਵਾ ਅਤੇ ਬਾਕੀ ਕੰਮ ਲੈ ਰਿਹਾ। ਹਾਂਜੀ ਠੀਕ ਹੈ। ਅਤੇ ਅੱਛਾ ਸਰ ਆਪਣੇ ਪਿੰਡ ਦੇ ਵਿੱਚ ਕੋਈ ਜੰਜ ਘਰ ਜਾਂ ਧਰਮਸ਼ਾਲਾ ਜਾਂ ਪੰਚਾਇਤ ਘਰ ਹੋਵੇ? ਨਹੀਂ ਧਰਮਸ਼ਾਲਾ ਸਾਡੇ ਹੈ ਜੀ ਧਰਮਸ਼ਾਲਾ ਤਾਂ ਹੈ ਆ ਅਤੇ ਜੰਜ ਘਰ ਨਹੀਂ ਸਾਡੇ ਹੈਗਾ ਜੰਜ ਘਰ ਦਾ ਰਿਵਾਜ਼ ਹੀ ਖਤਮ ਹੋ ਗਿਆ। ਅੱਛਾ। ਪਹਿਲਾਂ ਜੰਜ ਘਰ ਹੈ ਸਰ ਪੰਚਾਇਤ ਘਰ ਨੇ ਹੀ ਉਹ ਮੰਗ ਕੀਤੀ ਹੈ ਕਿ ਉਹ ਛੇਤੀ ਛੇਤੀ ਬਣਾਵਾਂਗੇ ਮੰਤਰੀ ਸਾਹਿਬ ਨਾਲ ਗੱਲ ਕੀਤੀ ਹੈ ਕਿ ਪੰਚਾਇਤ ਘਰ ਦੀ ਸਾਨੂੰ ਲੋੜ ਆ ਉਹਦੇ ਬਣਾਇਆ ਜਾਏ। ਠੀਕ ਹੈ। ਅਤੇ ਅੱਛਾ ਸਰ ਕੇਂਦਰ ਸਰਕਾਰ ਵੱਲੋਂ ਇੱਕ ਸਕੀਮ ਆਈ ਸੀ ਕਿ ਪਸ਼ੂਆਂ ਦੇ ਜਿਹੜੇ ਕੈਟਲ ਸੈੱਡ ਬਣਾਓ ਅਤੇ ਉਹ ਸਰ ਆਪਣੇ ਪਿੰਡ 'ਚ ਬਣੇ ਨੇ ਜੀ? ਨਹੀਂ ਕੈਟਲ ਸ਼ੈੱਡ ਨਹੀਂ ਬਣੇ ਉਹਦੀਆਂ ਕੋਈ ਸ਼ਰਤਾਂ ਹੁੰਦੀਆਂ ਜੀ ਉਹ ਸ਼ਰਤਾਂ ਨਾ ਪੂਰੀਆਂ ਹੋਣ ਦਾ ਕਰਕੇ ਉਹ ਨਹੀਂ ਮਤਲਬ ਪਾਸ ਨਹੀਂ ਹੋ ਸਕਦੀ। ਨਹੀਂ ਪਾਸ ਹੋ ਸਕਦੀ। ਠੀਕ ਹੈ। ਜਿਹਦੇ ਕਾਰਨ ਨਹੀਂ ਬਣੇ? ਜਿਹਦੇ ਕਾਰਨ ਨਹੀਂ ਬਣੇ ਜਿਹਦਾ ਕਾਰਨ ਨਹੀਂ ਬਣੇ। ਅਤੇ ਅੱਛਾ ਸਰ ਹੋਰ ਆਪਣੇ ਜਿੱਦਾਂ ਮੰਨ ਲਓ ਕਿ ਪਿੰਡਾਂ ਦੇ ਵਿੱਚ ਕਈ ਪਿੰਡਾਂ 'ਚ ਆਏ ਨੇ ਪੈਸੇ ਕਿ ਕੱਚੇ ਮਕਾਨਾਂ ਦੀ ਜਿਹੜੀ ਰਿਪੇਅਰ ਕਰਨ ਵਾਸਤੇ ਕੱਚੇ ਮਕਾਨਾਂ ਨੂੰ ਨਵੇਂ ਬਣਾਉਣ ਵਾਸਤੇ ਅਤੇ ਆਪਣੇ ਪਿੰਡ ਵਿੱਚ ਆਪਾਂ ਨੇ ਜਿਹੜੇ ਕੱਚੇ ਮਕਾਨਾਂ ਦੀ ਰਿਪੇਅਰ ਕਰਨ ਵਾਸਤੇ ਨਹੀਂ ਪੈਸਾ ਕੋਈ ਆਇਆ ਸਾਡੇ ਕਾਰਜ ਜਿੰਨੇ ਮਤਲਬ 3.5 ਸਾਲ ਦੇ ਵਿੱਚ ਇੱਦਾਂ ਕਿ ਜਿਹੜੇ ਮਤਲਬ ਗਰੀਬ ਲੋਕ ਆ ਨਾ ਜਿਹਦੇ ਮਤਲਬ ਜਿਹਨਾਂ ਨੂੰ ਯੋਗ ਆ ਹਾਂਜੀ ਮਕਾਨਾਂ ਦੀ ਲੋੜ ਆ ਕੱਚੇ ਮਕਾਨ ਸੀ ਉਹਨਾਂ ਦੇ 17 ਮਕਾਨ ਜਿਹੜੇ ਉਹ ਸਾਡੇ ਪਾਸ ਆ ਜੀ ਉਹਨਾਂ 'ਚੋਂ 2 ਮਕਾਨ ਆ ਜਿਹੜੇ ਉਹ ਮਤਲਬ ਲੈਂਟਰ 'ਤੇ ਗਏ ਆ ਉਹਨਾਂ ਦੀ ਇੱਕ ਕਿਸ਼ਤ ਪਈ ਆ ਦੂਜੀ ਪੈਣ ਵਾਲੀ ਹੈ ਅਤੇ ਬਾਕੀ ਜਿਹੜੇ 15 ਮਕਾਨ ਜਿਹੜੇ ਬਾਕੀ ਆ ਉਹ 2-2 ਕਰਕੇ ਪੈਂਦੇ ਜੀ ਹੌਲੀ ਹੌਲੀ ਕਰਕੇ ਸਾਰਾ ਕੰਮ ਨਿਬੜ ਜਾਵੇਗਾ ਮਤਲਬ 6 ਮਹੀਨੇ ਤੱਕ ਹੋ ਜਾਏਗਾ ਹੋ ਜਾਏਗਾ ਜੀ ਮੁਕੰਮਲ ਹੋ ਜਾਏਗਾ। ਠੀਕ ਹੈ। ਅਤੇ ਅੱਛਾ ਸਰ ਆਪਣੇ ਫਲੱਸ਼ਾਂ ਦੇ ਵੀ ਆਈ ਸੀ ਸਕੀਮ ਕੋਈ ਆਪਣੀ? ਬਿਲਕੁਲ ਜੀ ਫਲੱਸ਼ਾਂ ਦੀ ਸਕੀਮ ਸਾਡੇ ਲਗਭਗ 150 ਉੱਤੇ ਫਲੱਸ਼ ਬਣ ਚੁੱਕੀ ਆ ਮਤਲਬ ਜਿਹੜੀ ਕੰਪਲੀਟ ਆ ਅਤੇ ਹੁਣ ਕੁਛ ਘਰ ਰਹਿ ਗਏ ਸੀ ਇਹਦੇ ਵਿੱਚੋਂ ਜਿਹੜੇ ਕਿ ਮਤਲਬ ਬਣਨ ਯੋਗ ਸੀ ਤੋ 30-35 ਦਾ ਹੋਰ ਮਤਾ ਪਾ ਕੇ ਦਿੱਤਾ ਆ ਉਹ ਛੇਤੀ ਤੋਂ ਛੇਤੀ ਜਿਹੜਾ ਉਹ ਪਾਸ ਹੋ ਜੀ ਹਾਂਜੀ ਪਾਸ ਹੋ ਜੀ ਆਸ ਹੈ ਕਿ ਉਹ ਵੀ ਜਲਦੀ ਆ ਜਾਏ ਬਿਲਕੁਲ ਜੀ ਜਲਦੀ ਤੋਂ ਜਲਦੀ ਆ। ਠੀਕ ਹੈ ਸਰ। ਠੀਕ। ਅਤੇ ਅੱਛਾ ਸਰ ਪਿੰਡ 'ਚ ਕੋਈ ਡਿਸਪੈਂਸਰੀ ਜਾਂ ਪਸ਼ੂ ਹਸਪਤਾਲ?
ਡਿਸਪੈਂਸਰੀ ਹੈ ਜੀ ਸਾਡੇ, ਡਿਸਪੈਂਸਰੀ ਸਾਡੇ ਪਿੰਡ ਬਣੀ ਹੈ ਜੀ, ਐਰਕੀ ਬਣੀ ਹੈ ਜੀ, ਸਾਡੀ ਟਰਮ ਦੇ ਵਿੱਚ ਬਣੀ ਆ, ਸਾਡੇ ਤਿੰਨਾਂ ਪਿੰਡਾਂ ਦੀ ਸਾਂਝੀ ਹੈ ਜੀ, ਪਿੰਡ ਸਹੀਦੋ, ਚੀਮਾ ਅਤੇ ਬਰਵਾਲਾ, ਤਿੰਨਾਂ ਪਿੰਡਾਂ ਦੀ ਸਾਂਝੀ ਡਿਸਪੈਂਸਰੀ ਹੈ ਅਤੇ ਉੱਥੇ ਡਾਕਟਰ ਸਾਡੇ ਬਹੁਤ ਵਧੀਆ ਮੈਡਮ ਲੱਗੀ ਹੈ, ਬਹੁਤ ਮਤਲਬ ਸਹੀ ਤਰੀਕੇ ਨਾਲ ਡਿਊਟੀ ਨਿਭਾ ਕੇ ਅਤੇ ਉਹਨਾਂ ਦਾ ਬਹੁਤ ਵਧੀਆ ਇਲਾਜ ਕਰ ਦਿੱਤਾ। ਠੀਕ ਹੈ। ਅਤੇ ਸਰ ਪਿੰਡ ਦੇ ਵਿੱਚ ਕੋਈ ਗਰਾਊਂਡ ਜਾਂ ਕੋਈ ਪਾਰਕ ਹੋਵੇ? ਹਾਂਜੀ, ਗਰਾਊਂਡ ਹੈ ਜੀ ਸਾਡੀ 1.5-2 ਕਿੱਲਿਆਂ 'ਚ, ਸਕੂਲ ਦੇ ਨਾਲ ਹੀ ਲੱਗਦੀ ਗਰਾਊਂਡ ਆ, ਉਹ ਸਾਡਾ ਮਤਲਬ ਕਿ ਉਹਦੇ ਪਲੇ ਗਰਾਊਂਡ ਬਣਾਵਾਂਗੇ, ਉਹ ਮਤਾ ਪਾ ਕੇ ਦਿੱਤਾ ਉਹਦਾ ਵੀ, ਉਹ ਪਾਸ ਆ। ਠੀਕ ਹੈ। ਅਤੇ ਲਗਭਗ ਮੇਰਾ ਮਟੀਰੀਅਲ ਆ ਜਾਂ ਨਹੀਂ ਆਇਆ ਹਾਲੇ ਕੁਛ। ਠੀਕ ਹੈ। ਅਤੇ ਹੋਰ ਸਰ ਆਪਾਂ ਨੂੰ ਕੋਈ ਜਿੰਮ ਦਾ ਸਮਾਨ ਮਿਲਿਆ ਹੋਵੇ ਜਾਂ ਓਪਨ ਜਿੰਮ ਬਣੀ ਹੋਵੇ, ਕੋਈ ਪਾਰਕ ਬਣੀ ਹੋਵੇ? ਜਿੰਮ ਦਾ ਸਮਾਨ ਜੀ ਸਾਡੇ ਪਹਿਲਾਂ ਹੀ ਹੈਗਾ ਸੀ, ਲਗਭਗ ਮੁੰਡਿਆਂ ਨੇ ਉਹ ਸਾਂਭ ਕੇ ਰੱਖਿਆ, ਦੁਬਾਰਾ ਲਿਆਉਣ ਦੀ ਲੋੜ ਨਹੀਂ ਪਈ, ਕੁਛ ਲਿਆ ਥੋੜ੍ਹਾ ਥੋੜ੍ਹਾ ਸਮਾਨ ਥੁੜਦਾ ਸੀ ਉਹ ਮੈਂ ਲਿਆ ਕੇ ਦਿੱਤਾ ਜੀ ਦੁਬਾਰਾ, ਕੋਈ ਮਤਲਬ ਕਿ ਜਿੰਨਾ ਕੁ ਉਹਨਾਂ ਨੂੰ ਚਾਹੀਦਾ ਇਹਨਾਂ ਨੂੰ ਮੁੰਡਿਆਂ ਦੱਸਿਆ ਵੀ ਇੰਨਾ ਕੁ ਸਾਨੂੰ ਲਿਆ ਕੇ ਦਿਓ, ਉਹਨਾਂ ਫਿਰ ਦੁਬਾਰਾ ਲਿਆ ਕੇ ਦਿੱਤਾ, ਬਾਕੀ ਪਹਿਲਾਂ ਵੀ ਹੈਗਾ ਸੀ। ਉਹ ਫਿਰ ਤੁਸੀਂ ਆਪਣੇ ਕੋਲੋਂ ਲਿਆ ਕੇ ਦਿੱਤਾ ਸਰ? ਨਹੀਂ, ਪੰਚਾਇਤ ਨਹੀਂ, ਹਾਲ ਦੀ ਘੜੀ ਤੁਸੀਂ ਕੋਲੋਂ ਲਿਆ ਕੇ ਦਿੱਤਾ, ਕੋਈ ਮਤਾ ਨਹੀਂ ਪਾਇਆ ਵੈਸੇ ਤਾਂ ਉਹਨਾਂ ਮੁੰਡੇ ਕਾਹਲੇ ਪੈਂਦੇ ਸੀਗੇ, ਅਤੇ ਉਹਦਾ ਕਰਕੇ ਕੋਲੋਂ ਦਿੱਤਾ ਵਾ, ਅਤੇ ਬਾਕੀ ਚਲੋ ਮਤਾ ਪਾ ਕੇ ਜੇ ਹੋਰ ਲੋੜ ਹੋਰ ਵੀ ਲਿਆ ਕੇ ਦਿਆਂਗੇ। ਠੀਕ ਹੈ, ਠੀਕ ਹੈ। ਅਤੇ ਇੱਥੇ ਸਰ ਆਪਣੇ ਡੇਰਿਆਂ ਦੇ ਰਸਤਿਆਂ ਦਾ ਕਿੱਦਾਂ, ਜੇ ਡੇਰਿਆਂ ਦੇ ਰਸਤੇ ਪੱਕੇ ਨੇ ਜੋ ਵਧੀਆ ਬਣਿਆ ਡੇਰਿਆਂ ਦੇ ਰਸਤੇ ਜੀ? ਡੇਰਿਆਂ ਦਾ ਰਸਤਾ ਜੀ ਇੱਥੇ ਇੱਕ ਰਸਤਾ ਸੀ ਸਾਡਾ ਜੀ, ਆਪਣੇ ਪਿੰਡ ਤੋਂ ਵਾਟਰ ਸਪਲਾਈ ਟੈਂਕੀ ਦੇ ਲਾ ਕੇ ਸਰਮਨ ਸਿੰਘ ਦੀ ਹਵੇਲੀ ਤੱਕ ਸੀ, ਲਗਭਗ 18 ਕਿੱਲੇ ਲਵਾਈ ਸੀ ਉਹਦੀ, ਅਤੇ ਉਹਦੇ ਵਿੱਚੋਂ 6 ਕਿੱਲੇ ਇੰਟਰਲੋਕ ਟਾਇਲ ਲਾਈ ਹੈ, ਮਤਲਬ ਹਵੇਲੀਆਂ ਤੋਂ ਹਵੇਲੀਆਂ ਤੱਕ, ਅਤੇ ਜਿਹੜਾ ਗਾੜੀ ਜਿਸ ਨਹੀਂ ਹਵੇਲੀਆਂ ਹੈਗੀਆਂ ਉੱਥੇ ਇੱਟ ਨਾ ਪੱਕਾ ਕਰਾ ਕੇ ਅਤੇ ਉਹਨੂੰ ਮੁਕੰਮਲ ਕਰਤਾ, ਅਤੇ ਜਿਹੜੇ ਬਾਕੀ ਜਿਹੜੇ ਹੈਗੇ ਸੀ ਨਾ ਪਹਿਲਾਂ ਰਸਤੇ ਸੀ ਉਹ ਮੰਡੀ ਬੋਰਡ ਵੱਲੋਂ ਪਹਿਲਾਂ ਪੱਕੇ ਹੋਏ ਸੀਗੇ ਸਾਰੇ, ਮਤਲਬ ਕੋਈ ਦਿੱਕਤ ਨਹੀਂ, ਰਸਤੇ ਜਿਹੜੇ ਵਹੀਕਲ ਵਾਲੇ ਉਹ ਵੀ ਪੱਕੇ ਆ। ਠੀਕ ਹੈ। ਹਾਂਜੀ, ਅਤੇ ਜਿਹੜੇ ਸਾਡੇ ਪਿੰਡ ਦੇ ਵਿੱਚ ਆ ਸੀਵਰੇਜ ਟੋਟਲ ਪਿਆ ਸਾਡੇ ਪਿੰਡ ਦੇ ਵਿੱਚ 100%, ਮਤਲਬ ਇੱਕ ਘਰ ਦਾ ਵੀ ਇਹ ਨਹੀਂ ਰਹਿ ਸਕਦਾ ਵੀ ਮੇਰਾ ਪਾਣੀ ਸੀਵਰੇਜ 'ਚ ਨਹੀਂ ਪੈਂਦਾ ਜਾਂ ਮੈਨੂੰ ਮੁਸ਼ਕਲ ਆ ਪਾਣੀ ਦੀ, ਤੁਹਾਨੂੰ ਜਾਓਗੇ ਸਾਡੇ ਪਿੰਡ ਦੇ ਵਿੱਚ ਤਾਂ ਕਿਤੇ ਇੱਕ ਤੁਮਕਾ ਪਾਣੀ ਦਾ ਨਹੀਂ ਦਿਸੂਗਾ। ਘੁੰਮਾਏ ਆ ਜੀ। ਅਤੇ ਬਾਕੀ ਜਿਹੜੀ ਇੰਟਰਲੋਕ ਟਾਇਲ ਆ ਨਾ ਜੀ ਉਹ ਸਾਡੇ 85% ਲੱਗ ਗਈ, 15% ਰਹਿ ਗਈ ਆ, ਉਹਦਾ ਪ੍ਰੋਜੈਕਟ ਅਸੀਂ ਜੀ ਤਿਆਰ ਕਰਨ ਡੇ ਹਾਂ, ਮੰਤਰੀ ਸਾਹਿਬ ਨਾਲ ਗੱਲ ਕੀਤੀ, ਉਹਨਾਂ ਆਖਿਆ ਪ੍ਰੋਜੈਕਟ ਸਾਨੂੰ ਤਿਆਰ ਕਰਕੇ ਦਿਓ 36 ਤੋਂ 36, ਮਤਲਬ ਕਿ ਇਹ ਜਿਹੜਾ 15% ਕੰਮ ਰਹਿੰਦਾ ਨਾ ਜੀ, 85 ਨਿਕਲ ਜੇ 15 ਤਾਂ ਹੋਇਆ ਹੀ ਹੁੰਦਾ, ਅਤੇ ਉਹ ਵੀ ਅਸੀਂ ਮੁਕੰਮਲ ਕਰਕੇ ਆਏ, ਪਿੰਡ ਦੀ ਦਾਲੇ ਦਾਲੇ ਫਿਰਨੀ ਨਾ ਵੀ ਜਿਹੜਾ ਉਹ ਪ੍ਰੋਜੈਕਟ ਤਿਆਰ ਕਰਵਾਇਆ ਹੈ, ਪਿੰਡ ਦੀ ਫਿਰਨੀ ਆ ਉਰਲੇ ਤਾਂ ਸੜਕ ਨਵੀਂ ਬਣ ਰਹੀ ਆ ਫਿਰਨੀ ਵਾਲੀ, ਸਾਰੇ ਨਾਲ ਨਾਲ ਜੀ ਜਿਹੜੇ 4-4-5-5 ਫੁੱਟ ਥਾਂ ਰਹਿ ਜਾਏਗਾ ਨਾ ਜੀ ਉਹ ਵੀ ਅਸੀਂ ਦੂਜਾ ਮੁਕੰਮਲ ਕਰ ਦੇਣਾ, ਕੋਈ ਰਹਿਣ ਨਹੀਂ ਦੇਣਾ ਕੰਮ। ਠੀਕ ਹੈ। ਅਤੇ ਅੱਛਾ ਸਰ ਆਪਣੇ ਜਿੱਦਾਂ ਲੱਗੀਆਂ ਨਹੀਂ ਹਾਲੇ, ਉਹਨਾਂ ਦਾ ਸਾਡਾ ਮਨ 'ਚ ਇੱਛਾ ਹੈਗੀ ਵੀ ਅਸੀਂ ਲਾਵਾਂਗੇ ਜ਼ਰੂਰ ਇੱਧਰ ਸ਼ਮਸ਼ਾਨ ਘਾਟ ਨੂੰ, ਇਹ ਸਾਡੇ ਪਿੰਡ ਦੇ ਜੂਸ ਨੇ ਨਾ ਕੱਲ੍ਹ ਦੀ ਗੱਲ ਆ, ਉਹਨਾਂ ਨੇ ਖੰਭੇ ਖੁੰਭੇ ਕੱਢ ਕੇ ਅਤੇ ਲਾਈਟਾਂ ਇੱਥੇ ਸ਼ਮਸ਼ਾਨ ਘਾਟ ਨੂੰ ਉਹਨਾਂ ਆਪ ਤਿਆਰ ਕਰਤੀਆਂ, ਮੁੰਡਿਆਂ ਨੇ ਕਰਤੀਆਂ ਲਾਉਣਾ, ਉਹਨਾਂ ਨੇ ਉਦਮ ਕੀਤਾ ਹੈ ਅਤੇ ਨਾਲ ਸਾਡਾ ਵੀ ਚਲੋ ਸੰਯੋਗ ਉਹਨਾਂ ਦੇ ਨਾਲ ਹੀ ਹੈ। ਅਤੇ ਜਿਹੜਾ ਪਿੰਡ ਦੇ ਵਿੱਚ ਲਾਈਟਾਂ ਲਾਉਣੀਆਂ, ਸਟਰੀਟ ਲਾਈਟਾਂ ਲਾਉਣੀਆਂ ਨੇ ਜੀ, ਉਹਨਾਂ ਦਾ ਸਾਨੂੰ ਇੱਕ ਪ੍ਰੋਜ੕ਕਟ ਤਿਆਰ ਕਰਨਾ ਪੈਣਾ, ਅਸੀਂ ਕਿਹਾ ਹੈ ਜੀ ਉਹ ਵੀ ਸਟਰੀਟ ਲਾਈਟਾਂ ਫਿਰਨੀ ਦੇ ਦਾਲੇ ਦਾਲੇ ਪਿੰਡ ਦੇ ਵਿੱਚ ਵਿੱਚ ਚੌਂਕਾਂ ਦੇ ਜਿੱਥੇ ਵੀ ਸਾਨੂੰ ਲੋੜ ਆ ਲਾਵਾਂਗੇ। ਠੀਕ ਹੈ ਸਰ। ਅਤੇ ਅੱਛਾ ਸਰ ਹੋਰ ਆਪਣੇ ਜਿਹੜੇ ਕੋਈ ਰਹਿੰਦੇ ਕੰਮ ਹੋਣ ਤਾਂ ਤੁਸੀਂ ਸਰਕਾਰ ਕੋਲ ਆਪਣੀ ਮੰਗ ਰੱਖਣੀ ਚਾਹੋ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਤੁਸੀਂ ਕਹਿ ਸਕਦੇ? ਸਰਕਾਰ ਤੋਂ ਮੰਗ ਕਰਦੇ ਕਿ ਜਿਹੜੇ ਸਾਡੇ ਰਹਿੰਦੇ ਕੰਮ ਆ, ਨਵੀਂ ਸਰਕਾਰ ਬਣੀ ਆਮ ਆਦਮੀ ਪਾਰਟੀ ਦੀ, ਲਾਲਜੀਤ ਸਿੰਘ ਭੁੱਲਰ ਸਾਡੇ ਮੰਤਰੀ ਆ, ਬਹੁਤ ਵਧੀਆ ਬੰਦੇ ਆ, ਬੜਾ ਚਲੋ ਸਾਨੂੰ ਸਹਿਯੋਗ ਦਿੰਦੇ ਨਾਲ, ਅਤੇ ਜਿਹੜੇ ਰਹਿੰਦੇ ਕੰਮ ਉਹਨਾਂ ਨੇ ਉਹਨਾਂ ਧਿਆਨ 'ਚ ਆ, ਰਹਿਣ ਹੀ ਨਹੀਂ ਦੇਣੇ ਉਹਨਾਂ ਨੇ, ਬਾਕੀ ਸਾਰੇ ਕੰਮ ਉਹਨਾਂ ਨੂੰ ਦੱਸੇ ਹੋਏ ਆ, ਜਿਹੜੇ ਜਿਹੜੇ ਤੁਹਾਨੂੰ ਦੱਸਿਆ ਕਿ 15% ਆਪਣੇ ਗਲੀਆਂ ਨਾਲ ਕੰਮ ਰਹਿਣ ਡਿਆ ਜੀ, ਇੰਟਰਲੋਕ ਟਾਇਲ ਲੱਗਣ ਵਾਲੀ ਆ, ਬਾਕੀ ਗੱਲ ਸਾਡੇ ਇੱਕ ਛੱਪੜ ਪੱਕਾ ਹੋਣ ਵਾਲਾ ਵਾ, ਸੀਚਿਆਲ ਮੋਡਲ ਪੱਕਾ ਹੋਣ ਵਾਲਾ ਵਾ, ਪ੍ਰੋਜੈਕਟ ਉਹਦਾ ਤਿਆਰ ਆ, ਸਾਡੀ ਇੱਕ ਪਲੇ ਗਰਾਊਂਡ ਆ ਉਹਦਾ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਉਹ ਵੀ ਛੇਤੀ ਜਿਹੜੀ ਬੱਚਿਆਂ ਦੇ ਖੇਡਣ ਵਾਸਤੇ ਛੇਤੀ, ਹਾਂਜੀ ਹਾਂਜੀ ਉਹ ਤਿਆਰ ਕੀਤੀ ਜੋ। ਠੀਕ ਹੈ। ਬਹੁਤ ਬਹੁਤ ਸਰਪੰਚ ਸਾਹਿਬ ਤੁਹਾਡਾ ਧੰਨਵਾਦ ਹੈ ਜੀ ਕਿ ਤੁਸੀਂ ਸਾਡੇ ਨਾਲ ਗੱਲਬਾਤ ਕੀਤੀ, ਸਾਨੂੰ ਆਪਣੇ ਕੰਮਾਂ ਬਾਰੇ ਦੱਸਿਆ ਜਿਹੜੇ ਤੁਸੀਂ ਕੀਤੇ ਨੇ, ਜਿਹੜੇ ਤੁਹਾਡੇ ਰਹਿੰਦੇ ਕੰਮ ਨੇ ਤੁਸੀਂ ਉਹਨਾਂ ਬਾਰੇ ਵੀ ਸਾਨੂੰ ਦੱਸਿਆ, ਅਤੇ ਅਸੀਂ ਆਪਣੀ ਟੀਮ ਵੱਲੋਂ ਆਪਣੇ ਚੈਨਲ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ। ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।